أعوذ بالله من الشيطان الرجيم بسم الله الرحمن الرحيم السلام علیکم دوستو، امید ہے سب دوست سب بھائی سب ویور خیریت نال ہو دے۔ دوستو ماشاءاللہ اج بہت ہی اعلیٰ دو گاواں آئی صاحب لے کے آئے نے، ٹاپ کلاس جانور نے جی، اللہ پاک انہاں سال امے کرے جی لینے دینے والے دے، تے انشاءاللہ گاواں ویکھو تے روح خوش ہو جائے جی، گاواں کوئی شک نہیں جی، بہت اعلیٰ چیزاں نے بہت ہی اعلیٰ، ان شاء اللہ جی تہن مکمل تفصیل بھی آئی صاحب دسن دے گاواں وکھان دے۔ دوستو اصل گاواں کدی بدیاں نہیں نے، فارماں دی گاواں ہوندیاں نے، باہر دیاں گاواں کھلیاں ہیلیاں ہوندیاں نے، جمیاں پلیاں اسی طرح ہوندیاں نے، تے انہاں نوں بننا کھولنا ایک واری تے او انہاں جس طرح کہندے انہاں نوں نواں ہی کام ہوندا ہے انہاں واسطے، تے باقی ماشاء اللہ جی لے گئے نے واڑا جے ایک بنائے ہے، کافی دوست دیکھدے وی رہندے ساڈے جانور جتھے تھوڑے جے گائیں وغیرہ چھڈیاں ہوندیاں نے، ਬਾਕੀ ਕੁਝ ਮਾਲ ਹੁੰਦਾ ਇੱਧਰ ਉੱਧਰ ਬਰਾਂਡੇ ਛੋਟੇ ਛੋਟੇ ਬਣਾਏ ਨੇ ਉਹਨਾਂ ਵਿੱਚ ਵਧੀਆ ਰਹਿੰਦਾ ਜੀ ਮਾਸ਼ਾਅੱਲਾ ਜੀ। ਜਰਸੀ ਫਰੀਜ਼ੀਅਨ ਕ੍ਰਾਸ ਗਾਵਾਂ ਨੇ, ਬਾਕੀ ਨਸਲ ਜਿਹੜੀ ਸਾਰੇ ਦੋਸਤ ਸਮਝਦੇ ਨੇ, ਚੀਜ਼ ਵੀ ਨਜ਼ਰ ਆਉਂਦੀ ਹੈ, ਵਰਦੀਆਂ ਗਾਵਾਂ ਨੇ, ਟਾਪ ਕਲਾਸ ਹਾਈ ਲੈਵਲ ਦੇ ਜਾਨਵਰ ਨੇ ਜੀ, ਅਤੇ ਦੁੱਧਾਂ ਦਾ ਇਹਨਾਂ ਨੂੰ ਭਾਰ ਹੀ ਨਹੀਂ ਹੁੰਦਾ ਜੀ। ਮਜ਼ੀਦ ਵੀ ਇਨਸ਼ਾਅੱਲਾ ਹਾਈ ਸਾਹਿਬ ਨੇ ਡਿਟੇਲ ਨਾਲ ਵੀਡੀਓ ਬਣਾਈ ਹੋਈ, ਮੈਂ ਵਿੱਚ ਇਹ ਵੀਡੀਓ ਐਡ ਕੀਤੀ ਹੈ, ਕਾਫੀ ਵੀਡੀਓਜ਼ ਇਹਨਾਂ ਦੀ ਆਈਆਂ ਇਨਸ਼ਾਅੱਲਾ ਤਫਸੀਲੀ, ਤੁਸੀਂ ਗਾਵਾਂ ਦੇਖੋ ਜੇ ਮੁਕੰਮਲ ਇਨਸ਼ਾਅੱਲਾ ਜੀ। ਹੋਰ ਬਾਕੀ ਦੋਸਤੋ ਕਿਸੇ ਦੋਸਤ ਨੂੰ ਇਹਨਾਂ ਗਾਵਾਂ ਪਸੰਦ ਆਉਣ, ਉਹ ਵਟਸਐਪ ਨੰਬਰ ਦਿੱਤੇ ਨੇ ਸਕਰੀਨ 'ਤੇ ਚੱਲ ਰਹੇ ਨੇ, ਡਿਸਕ੍ਰਿਪਸ਼ਨ ਵਿੱਚ ਵੀ ਦਿੱਤੇ ਨੇ, ਕੋਈ ਦੋਸਤ ਐਡ ਨੇ ਸੇਵ ਨੇ ਰਾਬਤਾ ਕਰ ਲੈਂਦੇ ਨੇ, ਬਾਕੀ ਦੋਸਤੋ ਗੱਲਾਂ ਨਸੀਬ ਦੀਆਂ ਨੇ, ਸੌਦੇ ਨਸੀਬਾਂ ਦੇ ਨੇ, ਇਨਸ਼ਾਅੱਲਾ ਜੀ ਦੋਸਤੋ ਰਾਬਤਾ ਰਵੇਗਾ, ਬਾਕੀ ਅੱਲਾ ਪਾਕ ਖੈਰ ਕਰੇ ਇਨਸ਼ਾਅੱਲਾ। ਬਾਕੀ ਦੋਸਤੋ ਸੌਦੇ ਨਸੀਬਾਂ ਦੇ ਨੇ, ਆਈ ਸਾਹਿਬ ਇਨਸ਼ਾਅੱਲਾ ਮਜ਼ੀਦ ਡਿਟੇਲ ਨਾਲ ਵੀਡੀਓ ਬਣੀਆਂ ਨੇ ਮੈਂ ਐਡ ਕਰ ਦਿੱਤੀਆਂ ਜੀ। ਦੋਸਤੋ ਇਹਨਾਂ ਦੀ ਕੀਮਤ ਵੀ, ਇਹਨਾਂ ਦੇ ਸੂਏ ਵੀ, ਅਤੇ ਦੁੱਧ ਵੀ, ਜੋ ਜੋ ਰਿਕਾਰਡ ਹੈ ਵੀ ਇਨਸ਼ਾਅੱਲਾ ਰਿਕਾਰਡੇਬਲ ਗਾਵਾਂ ਨੇ ਦੋਸਤੋ, ਸਾਰਾ ਰਿਕਾਰਡ ਮਿਲ ਜੇ ਤਾਂ ਕਿਸੇ ਦੋਸਤ ਨੇ ਲੈਣੀਆਂ ਹੋਣ ਚਾਹੀਦੀਆਂ ਹੋਣ ਉਹ ਰਾਬਤਾ ਕਰ ਸਕਦਾ ਹੈ, ਅਤੇ ਇਨਸ਼ਾਅੱਲਾ ਵਿੱਚ ਹਾਈ ਸਾਹਿਬ ਨੇ ਇਹਨਾਂ ਦੀ ਮੁਕੰਮਲ ਡਿਟੇਲ ਨਾਲ ਵੀਡੀਓ ਵੀ ਬਣਾਈ ਹੈ, ਉਹ ਵੀ ਐਡ ਕੀਤੀ। ਠੀਕ ਹੈ ਦੋਸਤੋ, ਇਨਸ਼ਾਅੱਲਾ ਤੁਹਾਡਾ ਗੱਪ ਸ਼ੱਪ ਹੁੰਦੀ ਰਹੇ ਦੀ, ਅੱਗੇ ਵੀ ਹੁੰਦੀ ਹੈ, ਫਿਰ ਵੀ ਹੁੰਦੀ ਰਹਿਣੀ, ਦੁਆਵਾਂ ਯਾਦ ਰੱਖਿਓ ਦੋਸਤੋ, ਆਪਣਾ ਖਿਆਲ ਰੱਖਿਓ ਜੀ, ਫੀ ਮਾਨ ਇਲਾ ਜੀ। ਇਹਦੇ ਤੋਂ ਇਲਾਵਾ ਵੀ ਦੋਸਤੋ ਮਾਸ਼ਾਅੱਲਾ ਹਾਈ ਸਾਹਿਬ ਕੋਲ ਗਾਵਾਂ ਹੋਰ ਖੜੀਆਂ ਨੇ, ਇੱਕ ਛੋਟੀ ਖੜੀ ਹੈ, ਅੱਛੇ ਤੋਂ ਅੱਛਾ ਜਾਨਵਰ ਖੜਿਆ ਅਲਹਮਦੁਲਿਲਾ ਜੀ, ਅਤੇ ਸੋਹਣੀਆਂ ਗਾਵਾਂ ਲੈ ਕੇ ਆਏ ਨੇ ਜੀ, ਬਾਕੀ ਸੌਦੇ ਨਸੀਬਾਂ ਦੇ। ਠੀਕ ਹੈ ਦੋਸਤੋ, ਅੱਲਾ ਹਾਫਿਜ਼, ਦੁਆਵਾਂ ਯਾਦ ਰੱਖਿਓ ਜੀ, ਆਪਣਾ ਖਿਆਲ ਰੱਖਿਓ, ਫੀ ਮਾਨ ਇਲਾ ਜੀ।
ਇਹੋ ਜਿਹੇ ਵਹਿੜਾ ਨਿਤਰੇ ਜੀ ਕਦੀ ਕਦੀ ਚਾਰ ਦੋ ਸਾਲ ਨਿਤਰੇ ਰੱਬ ਜੀ ਉਹ ਜੋ ਚੀਜ਼ ਅਸਲ ਕੰਪੋਟਾ ਅਤੇ ਗਿਰਤੀ ਅਸਲ ਚੀਜ਼ਾਂ ਜੋ ਹੋਣੀਆਂ ਉਹ ਪਥੇਰੀਆਂ ਹਨ ਜਦੋਂ ਟਾਈਮ ਪੈ ਗਿਆ ਉਸ ਵੇਲੇ 10,000-12 ਲੱਖ ਪੈ ਗਈਆਂ ਅੱਗੋਂ ਫੀਸ ਦੀ ਕਾਹ ਤੇ ਚਾਰ ਮਹੀਨੇ ਚ ਗੱਬਣੇ ਲੇਕਿਨ ਕੱਚੀਆਂ ਨੇ ਲੇਕਿਨ ਟਾਈਮ 'ਤੇ ਆ ਕੇ ਮਾਸ਼ਾਅੱਲਾ ਇੱਕ ਵੀ ਆਪਣੇ ਵਜੋਂ ਤੋਂ ਵਾਲੀਆਂ ਨੇ ਡੰਗਰ ਦਾ ਪਤਾ ਲੱਗਦਾ ਕਿਸੇ ਵੇਲੇ ਟਾਈਮ 'ਤੇ ਹੋਵੇ ਜਨਾਬ ਇਹਨਾਂ ਦੀ ਫਾਈਨਲ ਦੀ ਮਕੋਲ ਦੀ ਛੋਟੀ ਜਿਹੀ ਡਿਮਾਂਡ ਹੈ 5.5 ਲੱਖ ਰੁਪਇਆ ਜੀ ਅਗਰ ਇਹ ਟਾਈਮ 'ਤੇ ਹੋਣ ਤਾਂ ਇੱਕ ਲਾਂਚ 6 ਲੱਖ ਤੋਂ ਬਾਹਰ ਦੀ ਹੈ ਜਨਾਬ ਸਾਡੀ ਲੋਕੇਸ਼ਨ ਹੈ ਜਿਹੜਾ ਸਰਗੋਦਾ ਸਰਗੋਦੇ ਦਾ ਛੋਟਾ ਜਿਹਾ ਸ਼ਹਿਰ ਹੈ ਜਨਾਬ ਜਾਵਰੀਆਂ ਜਾਵਰੀਆਂ ਦੇ ਨਾਲ ਸਾਡਾ ਗਾਉਂ ਹੈ ਜਨਾਬ ਹਜ਼ਾਬ ਤੋਂ ਰਾਬਤਾ ਨੰਬਰ ਹੈ ਜਨਾਬ ਹਾਜੀ ਮੁਹੰਮਦ ਅਸਲਮ ਵਿਲਾਇਤ 03-4641-692-05 03-399-93-390 ਸਭ ਦੋਸਤਾਂ ਨੂੰ ਭਾਈਆਂ ਨੂੰ ਬੱਚਿਆਂ ਨੂੰ ਗੁਜ਼ਾਰਿਸ਼ ਹੈ ਕਿ ਸਾਡਾ ਮਵੇਸ਼ੀ ਮੰਡੀ ਚੈਨਲ ਜ਼ਰੂਰ ਲਾਈਕ ਕਰਿਆ ਕਰੋ ਹਰ ਵਕਤ ਤੁਹਾਨੂੰ ਨਵੇਂ ਤੋਂ ਨਵਾਂ ਅੱਛੇ ਤੋਂ ਅੱਛਾ ਜਾਨਵਰ ਦੇਖਣ ਵਾਸਤੇ ਖਰੀਦਣ ਵਾਸਤੇ ਮਿਲੇਗਾ ਬਹੁਤ ਸ਼ੁਕਰੀਆ ਜੀ ਅਸਲਾਮ ਵਾਲੇਕਮ ਜਨਾਬ ਟੈਗ ਨੰਬਰ ਹੈ 29 ਇਹ 4 ਮਹੀਨੇ ਗੱਬਣ ਹੈ ਖੜਨ ਦੀ ਪਾਸ ਹੈ ਗੱਬਣ ਦੀ ਪਾਸ ਹੈ ਟੈਗ ਨੰਬਰ ਹੈ 37 ਇਹ 5ਵੇਂ ਮਹੀਨੇ 'ਚ ਖੜਨ ਦੀ ਵੀ ਪਾਸ ਹੈ ਗੱਬਣ ਦੀ ਪਾਸ ਹੈ ਮਾਸ਼ਾਅੱਲਾ ਬਹੁਤ ਸ਼ੁਕਰੀਆ ਜੀ ਅਸਲਾਮ ਵਾਲੇਕਮ ਅਸਲਾਮ ਵਾਲੇਕੁਮ ਜਨਾਬ ਇਹ ਦੋਨੋਂ ਵਹਿੜਾਂ ਜਰਸੀ ਫਰੀਜੀਅਨ ਕਰਾਸ ਨੇ ਇੰਪੋਰਟਡ ਅਸੀਂ ਇਹਨਾਂ ਦੀ ਮਾਕੂਲ ਦੀ ਡਿਮਾਂਡ ਲਾਈ ਹੈ 5.5 ਲੱਖ ਰੁਪਇਆ ਲੇਕਿਨ ਇਹ ਫਾਈਨਲ 5 ਲੱਖ ਦੀਆਂ ਹੋ ਜਾਣੀਆਂ ਨੇ ਦੋਨੋਂ ਜਿਸ ਦੋਸਤ ਨੂੰ ਵੀ ਪਾਈ ਨਹੀਂ ਬੱਚੇ ਦੀ ਧਿਆਨ ਉਹ ਰਾਬਤਾ ਕਰ ਸਕਦਾ ਜੀ ਬਹੁਤ ਸ਼ੁਕਰੀਆ ਜੀ ਅਸਲਾਮ ਵਾਲੇਕੁਮ
ਕਿਹਨਾਂ ਨੇ।